ਨਹੀਂ ਤੇ ਕੋਈ ਤਾਂ ਭੈਣ ਭਰਾ ਹੋ ਸੀ ਕੋਈ ਵੀ ਕੋਣੀ ਮੇਰਾ ਦੁਨੀਆ ਦੇ ਰਿਸ਼ਤੇਦਾਰ ਆਈ ਕੋਈ ਨਾ ਕੱਲੀ ਨਾ ਕੋਈ ਮੇਰਾ ਭੈਣ ਹੈ ਨਾ ਭਰਾ ਹੈ ਨਾ ਮਾਂ ਨਾ ਪਿਓ ਨਾ ਔਲਾਦ ਸਾਈ ਮਰ ਗਿਆ ਔਲਾਦ ਦਿੱਤੀ ਨਾ ਸਾਈ ਕਦੋਂ ਮੇਰਾ ਸਾਈ ਨੇ 10 ਸਾਲ ਹੋ ਗਏ ਮਰੇ ਐਡੀ ਕਾਈ ਮਾਂ ਪਿਓ ਮਰ ਗਏ ਚਾਰ ਮਾਮੇ ਆਏ ਉਹ ਨਾ ਛਾਦੀ ਕੀਤੀ ਸਾਈ ਪੂਰੀ ਦਾ ਮਰ ਗਿਆ ਕਿੰਨੇ ਸਾਲ ਹੋ ਗਏ ਸਾਈ ਮਰੇ ਸਾਈ ਸਤਬਰੇ ਨੇ 10 ਸਾਲ ਦਾੜੀ ਕਿੰਨੀ ਉਮਰ ਹੈ घर आपदा है जी मखलोड़गंज ਉਤੇ ਸਰਾਜ ਕੁਰੇਸ਼ੀ ਹੈ ਅੱਛਾ ਵਿੱਚ ਮੰਡੀ ਦੇ ਨਾਲ ਹੈ ਅੱਛਾ ਤੇ ਉਹ ਆਇਆ ਚੌਕੀਦਾਰ ਰਾਤ ਦਾ ਅੱਛਾ ਅੱਛਾ ਉਹਨੇ ਰੱਖਾ ਹੋਇਆ ਹੈ ਤੇ ਉਹ ਜਿਹੜਾ ਕੋਈ ਖਿਆਲ ਕੋਈ ਕਰਦਾ ਤੁਸੀਂ ਜੋ ਮੰਗਦੇ ਫਿਰਦੇ ਜੇ ਬਲਾ ਨਹੀਂ ਖਿਆਲ ਕਰਦਾ ਅੱਜ ਕੱਲ ਦੇ ਦੌਰ ਮਨ ਵੇਖ ਤੇ ਮੈਂ ਕਿਸੇ ਦਾ ਬੋਝ ਨਹੀਂ ਬਣਨਾ ਆਏ ਹਾਏ ਕਿਉਂ ਤਾਂ ਨਹੀਂ ਹੁਣ ਵੀ ਸੰਭਾਲ ਲੈਂਦੇ ਨੇ ਬੜੇ ਚੰਗੀ ਦੁਨੀਆ ਪਈ ਹੈ ਪਹਿਲੇ ਤਾਂ ਹੈ ਦੁਨੀਆ ਪਰ ਜਿਸ ਨੂੰ ਇਨਸਾਨ ਨੂੰ ਨਾ ਕੋਈ ਚੀਜ਼ ਮਿਲ ਗਿਆ ਹੋਵੇ ਤਾਂ ਐਵੇਂ ਹੀ ਆਖਦਾ ਮੇਰੇ ਵਾਸਤੇ ਕੋਈ ਨਹੀਂ ਸਹੀ ਗੱਲ ਹੈ ਕੋਈ ਤਾਂ ਉਸੇ ਵਜ੍ਹਾ ਖਰਾਤ ਖਰੂਤ ਦੇ ਜਾਵੇ ਖਰਾਤ ਤਾਂ ਨਹੀਂ ਮੈਂ ਕਹਾਂਗਾ ਕਿ ਦਾਨੂੰ ਸੰਭਾਲ ਲਵੇ ਕੋਈ ਰਾਸ਼ਨ ਦੇ ਜਾਵੇ ਇਹ ਹੁੰਦੇ ਕੋ ਦਾਨੂੰ ਦਰ ਬਦਰ ਬੜਾ ਜ਼ਿਆਦਾ ਬੁਰਾ ਲੱਗ ਰਿਹਾ ਸਾਲਾਂ ਤੇ ਵੇਖ ਕੇ ਨਾ ਹੋਰ ਰੋਲਾ ਹਾਂਜੀ ਦੁਨੀਆਂ ਤੇ ਇਹਦੇ ਬੰਦੇ ਸਾਹਿਬ ਭੈਣ ਜਿਹੜੇ ਇਹ ਚੀਜ਼ ਬਰਦਾਸ਼ਤ ਨਹੀਂ ਕਰਦੇ ਪਰ ਉਸ ਮਾਲਕ ਦੇ ਬਾਹਰ ਚ ਬਾਰੇ ਵੀ ਆਉਂਦੇ ਮਾਲਕ ਨੇ ਕਲਮ ਇਸੇ ਤਰ੍ਹਾਂ ਮਾਰੀ ਹੈ ਵਿਦਾ ਦਾ ਰਲਾ ਨਾ ਸ਼ਿਕਵਾ ਨਹੀਂ ਕਰਦੇ ਮੇਰੇ ਸੋਹਣੇ ਮਾਲਕ ਤੇ ਗਿਲਾ ਸ਼ਿਕਵਾ ਨਹੀਂ ਕਰਦੇ ਨਹੀਂ ਨਹੀਂ ਵੈਸੇ ਅਖੀਰ ਪਤਾ ਮਾਲਕ ਨੇ ਕੋਈ ਬੰਦਾ ਗਾਲ ਦਿੱਤਾ ਤੁਹਾਨੂੰ ਦਰ ਬਦਰ ਨਾ ਅਨਰੋਲਣਾ ਹੋਵੇ ਉਹ ਤਾਂ ਉਸ ਦੀ ਮਰਜ਼ੀ ਹੈ ਇਹ ਤਾਂ ਉਸ ਦੀ ਮਰਜ਼ੀ ਹੈ ਜੋ ਚਾਹੇ ਸੋ ਕਰ ਸਕਦਾ ਜੇ ਉਸ ਨੇ ਵਸਾਇਲ ਬਣਾਵਣਾ ਹੋਵੇ ਤਾਂ ਅੱਜ 70-75 ਸਾਲ ਦੀ ਉਮਰ ਹੋਈ ਹੋਈ ਤੇ ਧੱਕੇ ਤੇ ਡਿਗਰੀ ਲੈਣ ਦੀ ਫਿਰ ਵੀ ਮਾਲਕ ਤੋਂ ਖੁਸ਼ ਜੇ ਡਿੱਗੀ ਆ ਹੁਣ ਸਹਿ ਸਾਰਾ ਨਿਕਲ ਗਿਆ ਹੁਣ ਚੱਕਰ ਆਉਣ ਦੇ ਲਈ ਤੁਰਨੀ ਆ ਮਾਲਕ ਤੇ ਖੁਸ਼ ਜੇ ਮੈਂ ਮਾਲਕ ਤੇ ਬੜੀ ਖੁਸ਼ ਆ ਬੜੀ ਖੁਸ਼ ਆ ਤੇਰੀ ਰਜ਼ਾ ਤੇ ਰਾਜ਼ੀ ਆ ਤੂੰ ਰਾਜ਼ੀ ਆ ਤੇ ਮੈਂ ਵੀ ਰਾਜ਼ੀ ਆ ਪੈਸੇ ਤੇ ਲਈ